ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਈਜੀਰੀਆ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਬੋਲਾ ਅਹਿਮਦ ਟੀਨੂਵੂ ਨੇ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਵਿੱਚ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਮਗਰੋਂ ਦੋਹਾਂ ਆਗੂਆਂ ਵਿਚਾਲੇ ਦੁਵੱਲੀ ਗੱਲਬਾਤ ਹੋਈ। ਇਸ ਦੌਰਾਨ ਵਫਦ ਪੱਧਰ 'ਤੇ ਵਿਚਾਰ ਵਟਾਂਦਰਾ ਵੀ ਹੋਇਆ। ਤਿੰਨ ਦੇਸ਼ਾਂ ਦੀ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਜਦੋਂ ਪਹਿਲੇ ਪੜਾਅ ਹੇਠ ਨਾਈਜੀਰੀਆ ਪੁੱਜੇ ਤਾਂ ਉਹਨਾਂ ਨੂੰ ਸਤਿਕਾਰ ਵਜੋਂ ਅਬੂਜਾ ਸ਼ਹਿਰ ਦੀ ਚਾਬੀ ਭੇਂਟ ਕੀਤੀ ਗਈ। ਅਸਲ ਵਿੱਚ ਇਹ ਚਾਬੀ ਨਾਈਜੀਰੀਆ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਦਿਖਾਏ ਗਏ ਸਨਮਾਨ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਦੁਵੱਲੀ ਗੱਲਬਾਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਨਾਈਜੀਰੀਆ ਪੁੱਜਣ 'ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਨਾਈਜੀਰੀਆ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨਾਈਜੀਰੀਆ ਵੱਲੋਂ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਕੌਮੀ ਸਨਮਾਨ ਨੂੰ 140 ਕਰੋੜ ਭਾਰਤ ਵਾਸੀਆਂ ਦਾ ਸਨਮਾਨ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਨੂੰ ਭਾਰਤ ਅਤੇ ਨਾਈਜੀਰੀਆ ਦੇ ਸਦੀਆਂ ਪੁਰਾਣੇ ਸੰਬੰਧਾਂ ਦਾ ਸਤਿਕਾਰ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਨਾਈਜੀਰੀਆ 'ਚ ਆਏ ਹੜ੍ਹ ਲਈ ਭਾਰਤ ਵੱਲੋਂ ਹੜ੍ਹ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਛੇਤੀ ਹੀ ਭਾਰਤ ਵੱਲੋਂ 20 ਟਨ ਮਨੁੱਖੀ ਸਹਾਇਤਾ ਭੇਜੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਇਹ ਉਹਨਾਂ ਲਈ ਚੰਗੀ ਗੱਲ ਹੈ ਕਿ ਭਾਰਤ ਵਿੱਚ ਹੋਏ G20 ਸਿਖਰ ਸੰਮੇਲਨ ਦੌਰਾਨ ਨਾਈਜੀਰੀਆ ਨੂੰ ਬਤੌਰ ਮੈਂਬਰ ਇਸ ਨਾਲ ਜੋੜਿਆ ਗਿਆ ਹੈ। ਆਪਣੇ ਸਟ੍ਰੈਟੇਜਿਕ ਪਾਰਟਨਰਸ਼ਿਪ ਕੋ ਹਮ ਉੱਚ ਪ੍ਰਾਥਮਿਕਤਾ ਦੇਤੇ ਹੈ। ਰਕਸ਼ਾ, ਊਰਜਾ, ਆਰਥਿਕ ਵਿਸ਼ੇ, ਟੈਕਨੋਲੋਜੀ, ਹੈਲਥ, ਐਜੂਕੇਸ਼ਨ, ਕਲਚਰ ਜੈਸੇ ਕਈ ਖੇਤਰ ਐਸੇ ਹੈ ਮੈਂ ਹਮਾਰਾ ਸਹਿਯੋਗ ਮਜ਼ਬੂਤ ਹੈ ਔਰ ਅਨੇਕ ਨਈ ਸੰਭਾਵਨਾਏ ਵੀ ਹਮਾਰੇ ਇਸ ਸੰਬੰਧੋਂ ਮੈਂ ਜੁੜੀ ਹੋਈ ਹੈ। ਵਫਦ ਪੱਧਰੀ ਗੱਲਬਾਤ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਾ ਪੱਤਰਾਂ 'ਤੇ ਵੀ ਦਸਤਖਤ ਕੀਤੇ ਗਏ। ਨਾਈਜੀਰੀਆ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਭ ਤੋਂ ਵੱਡੇ ਸਨਮਾਨ ਦੇ ਗ੍ਰੈਂਡ ਕਮਾਂਡਰ ਆਫ ਦੀ ਆਰਡਰ ਆਫ ਦੀ ਨਾਈਜੀਰੀਆ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਸਿਰਫ ਬਰਤਾਨੀਆ ਦੀ ਸਾਬਕਾ ਮਹਾਰਾਣੀ ਕੁਈਨ ਐਲਿਜ਼ਾਬੈਥ ਨੂੰ ਹੀ ਇਹ ਸਨਮਾਨ ਦਿੱਤਾ ਗਿਆ ਸੀ। ਨਾਈਜੀਰੀਆ 17ਵਾਂ ਅਜਿਹਾ ਦੇਸ਼ ਹੈ ਜਿਹੜਾ ਆਪਣੇ ਸਭ ਤੋਂ ਵੱਡੇ ਸਨਮਾਨ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਆਨਰ ਕਰ ਰਿਹਾ ਹੈ। 17 ਸਾਲ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਨਾਈਜੀਰੀਆ ਯਾਤਰਾ ਹੈ।